ਬਠਿੰਡਾ ਦੇ ਵਾਰਡ ਨੰਬਰ 23 ਦੇ MC ਕਮਲੇਸ਼ ਮਹਿਰਾ ਅਤੇ ਉਹਨਾਂ ਦੇ ਪਤੀ ਸਮਾਜ ਸੇਵੀ ਰਾਜ ਮਹਿਰਾ ਜੀ ਪੂਰੇ ਏਰੀਏ ਦੇ ਵਿੱਚ ਕੋਰੋਨਾ ਵਾਇਰਸ ਨੂੰ ਲੈ ਕੇ ਬਹੁਤ ਹੀ ਵਧੀਆ ਢੰਗ ਨਾਲ ਉਪਰਾਲਾ ਕਰ ਰਹੇ ਹਨ, ਜਿਵੇਂ ਕਿ ਉਹਨਾਂ ਵੱਲੋਂ ਪੂਰੇ ਵਾਰਡ ਵਿੱਚ ਸੈਨੇਟਾਈਜ਼ ਕੀਤਾ ਗਿਆ ਅਤੇ ਜ਼ਰੂਰਤਮੰਦ ਲੋਕਾਂ ਨੂੰ ਰਾਸ਼ਨ ਮੁਹੱਈਆ ਕਰਵਾਇਆ ਗਿਆ। ਕਿਵੇਂ ਜਿਹੜੇ ਰਾਜ ਮਹਿਰਾ ਸਮਾਜ ਸੇਵੀ ਦੇ ਕਿਵੇਂ ਦਮ ਕਰਦੇ ਪਏ ਸਰ ਇੱਥੇ? ਇਹ ਬਹੁਤ ਹਰੇਕ ਨੂੰ ਸਬਜ਼ੀਆਂ ਵਗੈਰਾ, ਫਰੂਟ ਵਗੈਰਾ ਹਰੇਕ ਨੂੰ ਘਰ ਘਰ ਸਪਲਾਈ ਕਰਵਾ ਰਹੇ ਨੇ ਜੀ। ਸਾਰਾ ਖਾਣ ਪੀਣ ਦਾ ਸਮਾਨ ਬਹੁਤ ਵਧੀਆ ਸਹੀ ਢੰਗ ਨਾਲ ਕਰਵਾ ਰਹੇ ਨੇ, ਕਿਸੇ ਨੂੰ ਕੋਈ ਦਿੱਕਤ ਨਹੀਂ ਇਹਦੇ ਏਰੀਏ 'ਚ। ਅਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਵਿਚਾਰੇ ਲੱਗੇ ਰਹਿੰਦੇ ਨੇ ਜੀ, ਇਹ ਕੋਈ ਇਹਨਾਂ ਦਾ ਉਹ ਨਹੀਂ, ਬਹੁਤ ਵਧੀਆ ਵਰਕਰ ਨੇ ਇਹ ਜੀ। ਸੈਨੇਟਾਈਜ਼ਰ ਵਗੈਰਾ ਕਰਾਤਾ ਸਾਰਾ ਜੀ ਇਹਨਾਂ ਨੇ ਏਰੀਆ ਸਾਡਾ, ਅਤੇ ਬਹੁਤ ਵਧੀਆ ਕੰਮ ਕਰਾ ਰਹੇ ਨੇ। ਵਾਰਡ ਨੰਬਰ 23 ਸਮਾਜ ਸੇਵਕ ਰਾਜ ਮਹਿਰਾ ਵੱਲੋਂ ਸਾਰੇ ਵਾਰਡ ਨੂੰ ਸੈਨੇਟਾਈਜ਼ਰ ਦਿਵਾਇਆ ਗਿਆ। ਆਪਾਂ ਹੁਣ ਉਹਨਾਂ ਗੱਲਬਾਤ ਦਰਾਂ ਦੇ ਵੀ ਕੀ ਦਿੰਦੇ ਆ ਰਾਜ ਮਹਿਰਾ ਜੀ? ਹਾਂਜੀ ਸਰ, ਕੀ ਦੇਣਾ ਚਾਹੁੰਦੇ ਹੋ ਸਰ? ਜਿਹੜੇ ਤੁਸੀਂ ਅੱਜ ਸੈਨੇਟਾਈਜ਼ਰ ਰਿਹਾ, ਬਹੁਤ ਵਧੀਆ ਕੰਮ ਕਰਦੇ ਪਏ ਹੋ, ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਸਰ? ਜਿਹੜੇ ਤਰਫੋਂ ਲੱਗਿਆ ਹੋਇਆ ਜਨਤਾ ਵਾਰਡ ਨੰਬਰ 23 ਮੈਡਮ ਕਮਲੇਸ਼ ਮਹਿਰਾ, ਸਾਬਕਾ ਕੌਂਸਲਰ, ਮੈਂ ਰਾਜ ਮਹਿਰਾ ਸਮਾਜ ਸੇਵੀ। ਮੈਂ ਸਭ ਤੋਂ ਪਹਿਲਾਂ ਤਾਂ ਜੋ ਸਰਦਾਰ ਮਨਪ੍ਰੀਤ ਸਿੰਘ ਬਾਦਲ ਜੀ ਦਾ ਬਹੁਤ ਧੰਨਵਾਦ ਕਰਦਾ, ਪਾਰਟੀ ਦਾ, ਜੋੜ ਸਾਹਿਬ ਦਾ ਕਰਦਾ, ਜਿਨ੍ਹਾਂ ਨੇ ਇਹ ਸਾਨੂੰ ਮਤਲਬ ਇਹ ਪੂਰੀ ਟੀਮ ਉਹਨਾਂ ਦੀ ਦੇਖ ਰੇਖ ਚੱਲ ਰਹੀ ਹੈ, ਸਾਨੂੰ ਕੋਈ ਕਮੀ ਨਹੀਂ ਆ ਰਹੀ ਜੋ ਵੀ ਕੰਮ ਕਰ ਹੈ। ਅੱਜ ਅਸੀਂ ਜੋ ਵੀ ਵਾਰਡ ਨੰਬਰ 23 ਹੈ ਜਿਹੜਾ ਇਲਾਕੇ ਦਾ, ਮਤਲਬ ਇੱਕ ਇੱਕ ਡੋਰ ਜਿੰਨਾ ਵੀ ਹੈਗਾ, ਮਤਲਬ ਸਾਡਾ 23 ਨੰਬਰ ਵਾਰਡ ਸਾਰੇ ਨੂੰ ਅਸੀਂ ਸੈਨੀਟਾਈਜ਼ ਕੀਤਾ। ਇਹ ਤਾਂ ਕਰਿਆ ਤਾਂ ਜੋ ਇਹ ਕਰੋਨਾ ਵਾਇਰਸ ਜੋ ਵਾਇਰਸ ਫੈਲਿਆ ਹੋਇਆ, ਇਹਨੂੰ ਆਪਾਂ ਵੀ ਜਲਦੀ ਤੋਂ ਜਲਦੀ ਇਹਨੂੰ ਠੱਲ ਪਾ ਸਕੀਏ, ਕਿਉਂਕਿ ਜਿਹੜੀ ਮਹਾਂਮਾਰੀ ਹੈ ਜਿਹੜੀ ਇਹ ਫੈਲ ਰਹੀ ਹੈ, ਇਹਨੂੰ ਜਲਦੀ ਜਲਦੀ ਅਸੀਂ ਰੋਕੀਏ, ਤਾਂ ਕਿ ਬਹੁਤ ਹੀ ਇਹ ਭਿਆਨਕ ਬਿਮਾਰੀ ਹੈ। ਬਾਕੀ ਮੈਂ ਪ੍ਰਸ਼ਾਸਨ ਦਾ ਬਹੁਤ ਧੰਨਵਾਦ ਕਰਦਾ, ਡਿਪਟੀ ਕਮਿਸ਼ਨਰ ਦਾ ਕਰਦਾ, SSP ਸਾਹਿਬ ਦਾ ਕਰਦਾ। ਪੰਜਾਬ ਸਾਰਾ ਸਮਾਚਾਰ ਤੋਂ ਰਾਹੁਲ ਸ਼ਰਮਾ ਦੀ ਇਹ ਖਾਸ ਰਿਪੋਰਟ।